ਅਸਲਾਮੁਅਲੈਕੁਮ ਅਸੀਂ ਪਹੁੰਚ ਗਏ ਜੀ ਬਾਉਂਡਰੀ ਮਿਲ ਰਾਫੀ ਦੀ ਕਲਾਸ ਤੋਂ ਬਾਅਦ ਅਸੀਂ ਨਿਕਲੇ ਬਰਫਬਾਰੀ ਤਾਂ ਕਾਫੀ ਹੋ ਰਹੀ ਸੀ ਪਰ ਫਿਰ ਵੀ ਹਿੰਮਤ ਕੀਤੀ ਤੇ ਅਸੀਂ ਆ ਗਏ ਰਾਫੇ ਨੇ ਉੱਥੇ ਸ਼ਾਵਰ ਲਿਆ ਆਪਣੀ সুইਮਿੰਗ ਕਲਾਸ ਤੇ ਉਥੇ ਔਰ ਤੋਂ ਫਿਰ ਅਸੀਂ ਇਧਰ ਨਿਕਲੇ ਬਰਫਬਾਰੀ ਹੈਗੀ ਸੀ ਰਸਤੇ 'ਚ ਪਰ ਫਿਰ ਵੀ ਅਸੀਂ ਕੋਸ਼ਿਸ਼ ਪੂਰੀ ਕੀਤੀ ਔਰ ਪਹੁੰਚ ਹੀ ਗਏ ਕੋਲੋ ਜੀ ਅਸੀਂ ਪਹੁੰਚ ਗਏ ਬਾਉਂਡਰੀ ਮਿਲ ਮਸ਼ਹੂਰ ਸਟੋਰ ਬ੍ਰਾਂਡਡ ਚੀਜ਼ਾਂ ਇੱਥੇ ਮਿਲਦੀਆਂ ਨੇ ਮੁਖਤਲਫ ਬ੍ਰਾਂਡ ਦੁਨੀਆ ਦੇ ਮਸ਼ਹੂਰ ਬ੍ਰਾਂਡ ਡਿਜ਼ਾਈਨਰ ਕੱਪੜੇ ਪਰ ਤੁਹਾਨੂੰ ਲੈਸ ਪ੍ਰਾਈਸ ਤੇ ਮਿਲਦੇ ਨੇ ਕਾਫੀ ਪ੍ਰਾਈਸ ਕੱਟ ਹੁੰਦੀ ਹੈ ਲੇਕਿਨ ਇੰਨੇ ਜ਼ਿਆਦਾ ਸਸਤੇ ਨਹੀਂ ਹੁੰਦੇ ਕੱਪੜੇ ਪਹਿਰਾ ਲੈਵੇ ਕਿ ਜਿਹੜੀ ਉਹਦੀ origignal price ਹੈ ਉਸ ਤੋਂ ਕਾਫੀ ਕੱਟ ਮਿਲਦੇ ਨੇ ਤੇ ਫਿਰ ਜਿਹੜੇ ਸ਼ੌਕੀਨ ਨੇ ਕੱਪੜਿਆਂ ਦੇ ਉਹ ਫਿਰ ਲੈ ਲੈਂਦੇ ਨੇ ਇੱਥੋਂ ਆ ਕੇ ਤੇ ਫਿਰ ਵੀ ਉਹ ਕਾਫੀ ਡਿਸਕਾਊਂਟ ਮਿਲ ਜਾਂਦਾ ਤੇ ਟੈਗ ਪ੍ਰਾਈਸ ਲੱਗੇ ਹੋਏ ਨੇ ਨਾਲ मुख्तलिफ कलर दिया दीज़ा नज़र आ रही तो से शुरू होए हैं आ गए हैंडबैग हैंडबैग इन्होंने भी कीमत लिखिया ने कि बैद ओरिजिनल प्राइस की है ये हूँ की प्राइस है बहुत कलरफुल बहुत डिजाइन दिजाएं, डिजाइनर ब्रांड्स और सब चीज़ा किटिया हो गई ने बे इतने जिन्हें जो लैंना हो लै लिया और देखो किन्ने कलरफुल बैग ने बहुत ज़्यादा ਉਹ ਇਸ ਤੇ ਵੀ 70% ਅਬ ਦਾ ਲੱਗਿਆ ਹੋਇਆ ਹੈ ਕਪੜਿਆਂ ਦੇ ਉੱਪਰ ਇਸ ਸਾਈਡ ਤੇ 70% ਚੱਲ ਰਿਹਾ ਹੈ ਕਿਤੇ 50% ਹੈ ਕਿਤੇ 25% ਹੈ ਪੂਰਾ ਸਟੋਰ ਸਾਨੂੰ ਇਸੇ ਤਰ੍ਹਾਂ ਹੀ ਸੇਲ ਨਜ਼ਰ ਆਏਗੀ ਸ਼ਰਟ ਬਹੁਤ achhi lag rahi hai ਬਹੁਤ ਹੀ ਪਿਆਰਾ ਦਾ ਚੈੱਕੇ ਬਹੁਤ ਸਟਾਈਲਿਸ਼ ਲੱਗ ਰਹੀ ਹੈ ਕਿਉਂਕਿ ਡਿਜ਼ਾਈਨਰ ਕਪੜੇ ਜਿਹੜੇ ਹੁੰਦੇ ਨੇ ਇਹ ਸਾਰੇ ਸਟਾਈਲ ਦਾ ਹੀ ਪੈਸਾ ਲੈਂਦੇ ਨੇ ਕਿਉਂਕਿ ਕੱਟ ਐਸਾ ਮੁਤਾਰਿਫ ਕਰਾਉਂਦੇ ਨੇ ਕਿ ਲੋਕ ਫੇ ਖੁਸ਼ੀ-ਖੁਸ਼ੀ ਉ ਜਾ ਕੇ ਲੈਂਦੇ ਨੇ ਮਹਿੰਗੇ ਡ्रेसेस ਵੀ ਕਿਉਂਕਿ ਕੱਟ ਹੀ ਇਹਨਾਂ ਦਾ ਮਸ਼ਹੂਰ ਹੁੰਦਾ ਹੈ ਇਹ ਆ ਗਿਆ ਜੀ ਜੈਕਟ ਵੈਲਵਟ ਸਟਾਈਲ ਦਾ ਦਾ ਕੋਲਰ ਲੱਗਿਆ ਹੈ ਫਰ ਵਾਲੀ ਇਹ ਇਹ ਬਹੁਤ ਇੱਥੇ ਸਰਦੀਆਂ ਵਿੱਚ ਬਹੁਤ ਜ਼ਿਆਦਾ ਸ਼ੌਕ ਨਾ ਪਾਇਆ ਜਾਂਦੀਆਂ ਨੇ ਇਹ ਚੀਜ਼ਾਂ ਸ਼ੌਕ ਜ਼ਰੂਰਤ ਤੇ ਹੈ ਕਿਉਂਕਿ ਤੇ ਠੰਡ ਬਹੁਤ ਜ਼ਿਆਦਾ ਹੈ ਪਰ ਇਹ ਨਾਲ ਜਿਹੜੇ ਇਸ ਤਰ੍ਹਾਂ ਦੇ ਕੋਲਰ ਬਣੇ ਹੁੰਦੇ ਨੇ ਬਹੁਤ ਸ਼ੌਕ ਨਾ ਪਾਏ ਜਾਂਦੇ ਨੇ ਹੁਣ ਸੀ ਆ ਗਏ ਆ ਜੀ ਬੈਗ ਇਸੇ ਤਰਫ ਆਦੇ ਆ ਕਿਉਂਕਿ ਬੈਗ ਦੇਖੋ ਕਿੰਨੇ ਪਿਆਰੇ ਨੇ ਕਿੰਨਾ ਖੂਬਸੂਰਤ ਲੱਗ ਰਿਹਾ ਹੈ ਕਿ ਪੂਰਾ ਆਈਕਨਾਂ ਨੇ ਇਸਾ ਗ੍ਰੀਨ ਬੰਚ ਬਣਾ ਕੇ ਪੂਰਾ اور ਉਹਦੇ ਵਿੱਚੋਂ ਹੱਥ ਬਾਹਰ ਨਿਕਲੇ ਹੋਏ ਨੇ ਉਹਨਾਂ ਦੇ ਉੱਤੇ ਬੈਗ ਟੰਗੇ ਹੋਏ ਨੇ ਨਾਲ ਪ੍ਰਾਈਸ ਟੈਗ ਵੀ ਨੇ ਔਰ ਬਹੁਤ ਅੱਛਾ ਲੱਗ ਰਿਹਾ ਹੈ ਖੂਬਸੂਰਤ ਲੁੱਕ ਦਿੰਦਾ ਹੈ ਨਾ ਨਹੀਂ ਤੇ ਇਹ ਲੋ ਜੀ ਇਹ مختلف ਕਲਰ مختلف ਡਿਜ਼ਾਈਨ ਛੋਟੇ ਵੱਡੇ ਜੋ ਜੋ ਕੋਈ ਚਾਹਦਾ ਵੀ ਉਹਨੂੰ ਮਿਲ ਜਾਏਗਾ ਇਹ ਪ੍ਰਸਤ ਦੇ ਅੰਦਰ ਰੱਖਣ ਵਾਲੇ ਛੋਟੇ ਜਿਹੜੇ ਹੁੰਦੇ ਨੇ ਉਹ ਵਾਲੇ ਵੀ ਨੇ ਇਹ ਬੱਚੀਆਂ ਜਿਹੜੀ ਸ਼ੋਲਡਰ ਤੇ ਕਰਦੀਆਂ ਲਟਕਾਦੀਆਂ ਨੇ আজকাল ਸ਼ੋਲਡਰ ਬੈਗ ਉਹ ਵੀ ਇਹ ਹੱਥ ਚ ਫੜਨ ਵਾਲੇ ਵੀ ਨੇ بڑے ਛੋਟੇ مختلف ਕਲਰ مختلف ਬ੍ਰਾਂਡ ਚਲੋ ਬਈ ਦੇਖੋ ਤੁਸੀਂ ਦੇਖਦੇ ਦੇਖਦੇ ਥੱਕ ਜਾਓਗੇ ਪਰ ਇੰਨੀ ਬੈਗ ਦੀ ਵੈਰਾਈਟੀ ਹੈ ਕਿ ਸਮਝ ਨਾ ਆਵੇ ਕਿ ਕਿ ਹੋਰ ਕਿਸੇ ਔਰਤ ਨੇ ਇੱਕ ਲੈਣਾ ਹੋਵੇ ਤੇ ਉਹ ਕੀ ਕਰੇ ਉਹਦਾ ਸਮਝ ਨਹੀਂ ਲੱਗੇਗੀ ਨਾ ਕਿ ਕਿਹੜਾ ਲਵਾਂ ਇੰਨੇ ਬੈਗਸ ਵਿੱਚੋਂ ਅਗਰ ਤੁਸੀਂ ਇੱਕ ਬੈਗ ਚੂਜ਼ ਕਰਨਾ ਤਾਂ ਬਹੁਤ ਮੁਸ਼ਕਿਲ ਹੈ ਬਾਰੇ ਲੋਗਾਂ ਦੇ ਰਹੇ ਆਪਣਾ ਟਾਈਮ ਸਰਫ ਕਰਦੇ ਨੇ ਫਿਰ ਆਪਣੀ ਪਸੰਦ ਦੀ ਚੀਜ਼ ਲੱਭ ਲੈਂਦੇ ਨੇ ਇਥੋਂ ਕਿ ਭਈ ਇਹ ਚੀਜ਼ ਚਾਹੀਦੀ ਹੈ ਔਰ ਕੁਝ ਲੋਕ ਤੇ ਉਹ ਤੋਂ ਦੇਖ ਕੇ ਆਂਦੇ ਨੇ ਰਸਾਲੇ ਮੈਗਜ਼ੀਨ ਵਿੱਚੋਂ ਡਿਜ਼ਾਈਨ ਦੇਖ ਕੇ ਆਂਦੇ ਨੇ ਉਹਨੂੰ ਪਸੰਦ ਕੀਤਾ ਹੁੰਦਾ ਵੇ ਔਰ ਫਿਰ ਆਕੇ ਸਭ ਚੈੱਕ ਕਰ ਲੈਂਦੇ ਨੇ ਕਿ ਮੈਨੂੰ ਉਸ ਬ੍ਰਾਂਡ ਦੀ ਉਹ ਚੀਜ਼ ਮਿਲ ਜਾਏ ਜਾਂ ਬੈਗ ਮਿਲ ਜਾਏ ਜਿਹੜੀ ਵੀ ਚੀਜ਼ ਚਾਹੀਦੀ ਹੁੰਦੀ ਹੈ ਫਿਰ ਉਹ ਆਕੇ ਇਹਦੇ ਦੇਖ ਲੈਂਦੇ ਨੇ खासा बड़ा ਸਟੋਰ ਹੈ ਬਰਤਨਾਂ ਦੇ ਹਵਾਲੇ ਦੇ ਨਾਲ ਵੀ ਔਰ ਕੱਪੜੇ ਬਰਤਨ ਜੁੱਤੀਆਂ ਹਰ ਚੀਜ਼ ਇੱਥੇ ਤੇ ਬੈਗ ਬਈ ਦੇਖ ਦੇ ਕੇ ਥੱਕ ਜਾਓਗੇ ਇੰਨਾ بڑا ਪੋਰਸ਼ਾ ਨੇ ਇੰਨਾ بڑا ਬੈਗਾ ਦਾ ਏਰੀਆ ਕਿ ਬੈਗ ਹੀ ਬੈਗ ਬੈਗ ਹੀ ਬੈਗ ਹਰ طرف ਔਰ ਹਰ ਮੇਰਾ خیال ਹੈ ਬਹੁਤ ਘੱਟ ਲੋਕ ਹੋਣਗੇ ਜਿਨ੍ਹਾਂ ਦੀ ਚੋਇਸ ਦੀ ਚੀਜ਼ ਨਾ ਮਿਲੇ ਇਹ ਆਗੇ ਨੇ ਜੀ ਹੈਟ ਹੈਟ ਬਹੁਤੇ ਰੀਤੇ ਬਹੁਤ ਆਪਣੇ ਇਹਨਾਂ ਦੀ ਜਿਹੜੀ ਫੰਕਸ਼ਨਸ ਹੁੰਦੇ ਨੇ ਉਹ ਪਾਰਟੀ ਕਰਦੇ ਨੇ ਉਹ ਨਾ ਤਾਂ ਵੀ ਹੁੰਦਾ ਵੀ ਹੈ ਔਰ ਫਿਰ ਅਬੀਛਤੇ ਜਾਂਦੇ ਨੇ ਔਰ ਸਮਰ ਹੈਟ ਹੁੰਦੇ ਨੇ مختلف ਕਿਸਮ ਦੇ ਹੈਟ ਬਹੁਤ ਇੱਥੇ ਸ਼ੌਕ ਨਾ ਪਾਏ ਜਾਂਦੇ ਨੇ اور پارٹی سوی بہت استعمال ਹੁੰਦੇ ਨੇ weddings party ਇਹ ਸਾਰੇ ਬੜੇ ਖੂਬਸੂਰਤ ਫੈਂਸੀ ਕਿਸਮ ਦੇ ਬਣੇ ਹੋਏ ਨੇ اور ਬਹੁਤ ਕਲਰਫੁਲ ਹੈਟ ਦੇਖੋ ਕਿੰਨੇ ਖੂਬਸੂਰਤ ਲੱਗ ਰਹੇ ਨੇ ਬਹੁਤ ਹੀ ਜ਼ਿਆਦਾ ਪਿਆਰੇ ਡਾਰਕ ਕਲਰ ब्लू orange green yellow ਇਹ ਸਾਰੇ ਇਹਦੇ ਵਿੱਚ ਹੀ ਵੈਰਾਈਟੀ ਹੈ ਜਿਹੜੀ ਤੁਸੀਂ ਪਸੰਦ ਕਰੋ ਲਾਈਟ ਕਲਰ ਵਿੱਚ ਆ ਗਏ ਨੇ ਕਿ ਲਾਈਟ ਕਲਰ ਨੇ اور ਤੁਸੀਂ ਦੇਖੋ यह भी बड़े खूबसूरत लग रहे हैं बहुत ही प्यारे ऑरेंज कलर कोने जराने पे बहुत ही प्यारा लग रहा मैं कि ऑरेंज भी बहुत खूबसूरत कलर है हर हेड का डिज़ाइन तुम्हें अलग नज़र आएगा ऊपर अलग किस्म के पुल और मोती किसी मुख्तलिफ चीज़ा बड़िया हुई ने। बहुत ही खूबसूरत डार्क कलर अपनी जगह अच्छे ने और लाइट कलर अपनी जगह अच्छे ने हर किस्म की वरायटी है जिन लो बई मैं पा देख रही हाँ चेक कर रही हाँ बाकी बहुत ज़बरदस्त लग रही है प्राइस तो इन्ह की काफ़ी ज़्यादा हो लेकिन खूबसूरत चीज़ बनाई है भाई अभी, अभी मैं चेक किया वे बै अभी अच्छा लग रही है ਮੈਨੂੰ ਤਾਂ अच्छੇ ਲੱਗ ਰਹੀਆਂ ਨੇ ਇਹ ਚੀਜ਼ਾਂ ਪਤਾ ਨਹੀਂ ਤੁਹਾਨੂੰ अच्छੇ ਆ ਲੱਗਦੀਆਂ ਕਿ ਨਹੀਂ ओ हो 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 ਇਹ ਜ਼ਬਰਦਸਤ ਇਹ ਸਭ ਤੋਂ ਛਾ ਲੱਗ ਰਿਹਾ ਮੈਨੂੰ ਬਹੁਤ ਲਾਈਟ ਸੇ ਕਲਰ ਦਾ ਬੜਿਆ ਆਇਆ ਔਰ ਇਹ ਸਟਰਕਚਰ ਅਸੀਂ ਦੇਖ ਨਹੀਂ ਆ ਇਹਨਾਂ ਦੇ ਕਿਸੇ ਵੱਧ ਦੇ ਵਿੱਚ ਨਾ ਇਹ ਨੈਟ ਵਾਲੇ ਬੜੇ ਖੂਬਸੂਰਤ ਲੱਗਦੇ ਨੇ ਇੰਨੇ ਖੂਬਸੂਰਤ ਤਿਆਰ ਹੁੰਦੀਆਂ ਨੇ ਔਰ ਬਹੁਤ ਅੱਛਾ ਲੱਗਦਾ ਵੇ ਇਹ ਹਗੇਜੀ ਸਕਰਫ ਲੋ ਬਈ ਸਕਰਫ ਦੇਖੋ ਰੰਗ ਬਰੰਗੇ ਸਕਰਫ ਸ਼ਾਲ ਸਟਾਈਲ ਦੇ ਗਰਮ ਔਰ आ, कपड़े देवी ਨੇ ਇਹ ਦੇਖੋ ਇਹ ਸਾਰਾ ਬੁੱਲਨ ਕਪੜਾ ਵੇ ਇਹਦੇ ਵਿੱਚ ਇਹ ਵੀ ਗਰਮ ਕਪੜੇ ਚ ਨੇ ਇਹ ਸਾਰਾ ਸ਼ਾਲ ਸਟਾਈਲ ਦੇ ਕਪੜੇ ਵੇਚਨੇ ਜਿਹੜੇ ਸਾਰੀ ਸ਼ਾਲਾਂ ਹੁੰਦੀਆਂ ਨਾ ਜੈਕਕਾਡ ਦਾ ਦੇਖੋ ਜੈਕਕਾਡ ਡਿਜ਼ਾਈਨ ਬਣਿਆ ਹੈ ਔਰ ਬੜੇ ਖੂਬਸੂਰਤ ਸਕਾਰਫਸ ਨੇ نیچے ਪਲੇਨ ਵੇਚ ਵੀ ਨੇ ਲੇਕਿਨ ਸਾਰਾ ਕਪੜਾ ਮਟੀਰੀਅਲ ਜ਼ਿਆਦਾ ਗਰਮ ਕਪੜਾ ਹੈ ਕਿਉਂਕਿ ਵਿంటర్ ਚੱਲ ਰਿਹਾ ਹੈ ਵਿంటర్ ਵਿੱਚ ਜ਼ਿਆਦਾਤਰ ਗਰਮ ਵੈਰਾਈਟੀ ਹੁੰਦੀ ਹੈ ਇਹ ਦੇਖੋ ਬੂਲ ਵਿੱਚ ਬਣਿਆ ਹੋਇਆ ਇੰਨੀ ਸੌਫਟ ਵੋਲੇ ਬਹੁਤ ਹੱਥ ਫੜਨ ਵਿੱਚ ਬੜਾ ਮਜ਼ਾ ਆ ਰਿਹਾ ਹੈ ਔਰ ਕਲਰ ਵੀ ਬੜਾ ਅੱਛਾ ਹੈ ਰੈੱਡ ਕਲਰ ਵੀ ਪਿਛੇ ਇਸ ਤਕਰੀਬਨ 23 ਪੌਂਡ ਦਾ ਸੀ 13.5 ਪੌਂਡ ਦਾ ਤੁਹਾਨੂੰ ਮਿਲੇਗਾ ਰੈੱਡ ਕਲਰ ਵੀ ਬਹੁਤ ਅੱਛਾ ਔਰ ਬਹੁਤ ਸੌਫਟ ਲਾਂਵ ਵਿੱਚੇ ਜ਼ਿਆਦਾਤਰ ਵੈਰਾਈਟੀ ਜਿਹੜੀ ਹੈ ਇੱਥੇ ਵਿంటర్ ਦੇ ਹਿਸਾਬ ਦੇ ਨਾਲ ਹੈ ਕਿ ਕਲਰ ਇੰਨੇ ਜ਼ਿਆਦਾ ਨਹੀਂ ਕਿ ਤੁਹਾਨੂੰ ਚੁਆਇਸ ਕਰਨੀ ਸ਼ਾਇਦ ਮੁਸ਼ਕਲ ਹੋਵੇ ਅਗਰ ਤੁਸੀਂ ਲੈਣੇ ਹੋਣ 1 2 ਤੇ ਬਹੁਤ ਵੈਰਾਈਟੀ ਇਹ ਦੇਖੋ ਕਿੰਨੇ ਖੂਬਸੂਰਤ ਕਲਰ ਨੇ ਔਰ ਕਪੜਾ ਬਹੁਤ ਅੱਛਾ ਹੈ ਇਹ orange ਕਲਰ ਬਹੁਤ ਪਿਆਰਾ ਹੈ ਸਟਫ ਜਿਹੜਾ ਇਨਾ ਅੱਛਾ ਹੈ ਇਹਨਾਂ ਦਾ ਬਿਲਕੁਲ ਸਰਦੀਆਂ ਦੇ हिसाब ਨਾਲ ਮਰੀਨਾ ਜਿਹੜਾ ਹੁੰਦਾ ਨਾ ਕਪੜਾ ਉਸ ਸਟਾਈਲ ਦਾ ਵੇ ਬਹੁਤ ਹੀ ਅੱਛਾ ਲੱਗ ਰਿਹਾ ਹੈ ਜ਼ਬਰਦਸਤ ਇਹ ਪੈਕਿੰਗ ਚ ਪਏ ਨੇ ਕਲਰ ਪਸੰਦ ਕਰ ਲਓ ਤੁਸੀਂ ਔਰ ਇੱਥੋਂ ਫਿਰ ਤੁਸੀਂ ਇਹ ਕਿਤਾਬ ਹੈ ਚੌਕਲਾਵੋ ਲੋ ਬਈ ਇਹ ਦੇਖੋ ਕਿੰਨੇ ਖੂਬਸੂਰਤ ਕਲਰ ਨੇ ਬਹੁਤ ਸ਼ੋਖ ਕਲਰ ਵੀ ਇਹਦੇ ਵਿੱਚ دستیاب ਨੇ ਲਾਈਟ ਕਲਰ ਵੀ ਨੇ ਸਕਾਰ ਫੇਸ ਸਕਾਰਫ ਬਈ ਦੇਖ ਦੇਖ ਕੇ ਤੁਸੀਂ ਤੱਕ ਜਾਓਗੇ ਖਤਮ ਨਹੀਂ ਹੋਣਗੇ ਤੁਸੀਂ ਦੂਰ ਤੱਕ دیکھتے ਜਾਓ ਇੰਨੀ ਵੈਰਾਈਟੀ ਇੰਨਾ بڑا ਸਟੋਰ ਹੈ ਕਿ ਬਈ ਵਾਕਈ ਬਹੁਤ ਜਮਿਲ ਬਹੁਤ بڑا ਸ਼ਾਪ ਹੈ ਇਸ ਤਰਫ ਅਸੀਂ ਆਏ ਹਾਂ ਔਰ ਇਹ ਦੇਖੋ ਇਹ ਐਵੀ ਲੇਡੀਜ਼ ਜਿਹੜਾ ਸੈਕਸ਼ਨ ਚੱਲ ਰਿਹਾ ਹੈ ਗ੍ਰੇ ਦੇ ਨਾਲ orange اور frozes ਹਨ ਕੰਟਰਾਸਟ ਦਿੱਤਾਵੇ اور ਬਹੁਤ ਹੀ ਲੱਗੇ ਨੇ اور ਸਾਹਮਣੇ ਜ਼ਿਪ ਲੱਗੀ 12 ਪਾਉਂਡ ਦੀ ਹੈ ਸ਼ਰਟ ਹੈ ਪਰ ਇਹ ਕਿਟ ਸਟਾਈਲ ਬੜਾ ਅੱਛਾ ਦਿੱਤਾਵੇ ਇਹ ਵੀ ਬਹੁਤ ਖੂਬਸੂਰਤ ਹੈ ਜਿਹੜਾ ਬਲੈਕ ਕਲਰ ਦਾ ਨਜ਼ਰ ਆ ਰਿਹਾ ਹੈ ਪੌਂਚੋ ਸਟਾਈਲ ਔਰ ਇਹਦਾ ਕੱਪੜੇ ਦੀ ਜਿਹੜੀ ਲੁੱਕ ਹੈ ਚਾਰਜਟ ਦੇ ਉੱਪਰ ਹੈ ਬਣੀ ਹੈ ਤੇ ਇਹਦੀ ਵਜ੍ਹਾ ਨਾਲ ਦੀ ਲੁੱਕ ਬਹੁਤ ਅੱਛੀ ਲੱਗ ਰਹੀ ਹੈ ਸਟੋਰ ਬਹੁਤ ਬੜਾ ਵੇ ਮੈਂ ਤੁਹਾਨੂੰ ਦਿਖਾਉਂਦੀ ਜਾਵਾਂਗੀ ਪਰ ਇਹ ਇੱਕ ਹੀ ਦਿਨ ਚ ਸਾਰਾ ਦੇ ਮੁਸ਼ਕਲ ਹੈ ਕਿ ਤੁਹਾਨੂੰ ਮੈਂ ਕਰਾਂ ਇਸ ਤੋਂ ਮੈਂ 2-3 ਉਹਦੇ ਵਿੱਚ ਲਾ ਦਵਾਂਗੀ ਕਿਉਂਕਿ ਇੱਕ ਹੀ ਦਿਨ ਚ ਇਹ ਨਹੀਂ ਦੇਖ ਸਕਦੇ ਤੁਸੀਂ ਔਰ ਇਹ ਦੇਖੋ ਜੀ ਬਲੈਕ ਐਂਡ ਵਾਈਟ ਬਹੁਤ ਖੂਬਸੂਰਤ ਬਲੈਕ ਐਂਡ ਵਾਈਟ ਦਾ ਵੀ ਫੈਸ਼ਨ ਕਦੀ ਖਤਮ ਨਹੀਂ ਹੁੰਦਾ ਜਦੋਂ ਮਰਜ਼ੀ ਪਾ ਲੋ ਕੱਟ ਕੇ ਇਹ ਸਾਰੀਆਂ ਚੀਜ਼ਾਂ ਨੇ ਐਂ ਦੇਖ ਲੋ ਜੀ ਨਾਲੋ ਨਾਲ ਮੈਂ ਤੁਹਾਨੂੰ ਦਿਖਾਨਦੀ ਜਾਵਾਂਗੀ ਤੇ ਅਸੀਂ ਫਿਰ ਹੁਣ ਚੱਲਨੇ ਆਂ ਫਿਰ ਇਨਸ਼ਾਅੱਲਾ ਨੈਕਸਟ ਮੈਂ ਤੁਹਾਨੂੰ ਦਿਖਾਵਾਂਗੀ ਜਿਹੜਾ ਅਸੀਂ ਹੋਰ ਮੈਂ ਤੁਹਾਨੂੰ ਜਿਹੜੀ ਚੀਜ਼ਾਂ ਦਿਖਾਵਾਂਗੀ ਨਾ ਉਹਦੇ ਨਾਲ ਫਿਰ ਆਵਾਂਗੀ ਅੱਲਾਹ ਹਾਫਿਜ਼ ਤੇ ਰੱਬ ਰੱਖਾ